ਸਾਸੀ ਗਾਲ ਦੋਸਤੋ ਆਰਸੀਬੀ ਨੇ ਰਾਜਸਥਾਨ ਰਾਇਲ ਨੂੰ ਰੋਂਦ ਦਿੱਤਾ ਕੁੱਟ ਦਿੱਤਾ ਮਾਰ ਦਿੱਤਾ 112 ਰਨ ਨਾ ਹਰਾ ਦਿੱਤਾ 112 ਰਨ ਆਰਸੀਬੀ ਨੇ ਸਿਰਫ 171 ਰਨ ਬਣਾਏ ਸੀ 50 ਬੈਟਾਂ ਤੇ ਉਹ ਵੀ ਨਹੀਂ ਰਾਜਸਥਾਨ ਰਾਇਲ ਤੋਂ ਬਣਾਏ ਐਡੇ-ਐਡੇ ਨਾ ਰੂਟ ਬਟਲਰ ਸੈਮਸਨ ਅਸ਼ਵਿਨ ਬੱਲੇ ਬੱਲੇ ਕੁੜਕੜਨਾ ਤੇ ਵੌਇਨ ਪਾਰਲਰ ਨੂੰ ਮੈਨ ਆਫ ਦਾ ਮੈਚ ਦਿੱਤਾ ਗਿਆ ਕਿਉਂਕਿ ਉਹਨੇ 10 ਰਨ ਦੇ ਕੇ ਤਿੰਨ ਬੈਟਾਂ ਲੀਆਂ ਤੇ ਨਾ ਬਣਾ ਚਾਹ ਤੇ ਉਹਨਾਂ ਦੀ ਲਾਕੀ ਤੋੜ ਦਿੱਤਾ ਰਾਜਸਥਾਨ ਰਾਇਲ ਦਾ ਰਾਜਸਥਾਨ ਰਾਇਲ ਦੇ ਵਿੱਚੋਂ ਕੋਈ ਵੀ ਸਿਰਫ ਸਟ੍ਰਾਈਕ ਹਿੱਟਮੈਨ ਹਾਂ ਨੇ ਬਣਾਏ ਆ ਸਿਮਰਨ ਹਿੱਟਮੈਨ ਨੇ 35 ਰਨ 9 ਗੇਂਦਾਂ ਤੇ ਹੋਰ ਕੋਈ ਚੱਲਿਆ ਨਹੀਂ ਜੋਰ ਰੂਡ ਨੇ 10 ਰਨ ਬਣਾਏ 15 ਗੇਂਦਾਂ ਤੇ ਤੇ ਡੈਵਿਡ ਪੈਡਗਲ ਨੇ 4 ਤੇ ਬਾਯਰ ਮਾਰਨਰ ਨੇ 3 ਬੈਟਾਂ ਲਾਈਆਂ 10 ਰਨ ਦੇ ਕੇ ਤੇ ਬ੍ਰੈਸਵੈਲ ਨੇ 2 ਬੈਟਾਂ ਲਾਈਆਂ 16 ਰਨ ਦੇ ਕੇ ਤੇ ਉਦੋਂ ਵਾਲਾ ਕਰਨ ਸ਼ਰਮਾ ਨੇ 2 ਬੈਟਾਂ ਲਾਈਆਂ 19 ਰਨ ਦੇ ਕੇ ਤੇ ਆ ਆਰਸੀਬੀ ਨੇ 171 ਰਨ ਬਣਾਏ ਸੀ ਪੰਜਾਬ ਵਿਕਟਾਂ ਤੇ ਜੋ ਕਿ ਰਾਜਸਥਾਨ ਨੇ ਸਿਰਫ 10 ਓਵਰਾਂ ਵਿੱਚ 3 ਗੇਂਦਾਂ ਹੋਰ ਲੈ ਕੇ ਯਾਨੀ ਕਿ 11ਵੇਂ ਓਵਰ ਦੇ ਤੈਨ ਗਨਾਂ ਲੈ ਕੇ ਸਿਰਫ 89 ਰਨ ਬਣਾ ਕੇ ਮੈਚ 112 ਰਨ ਹਾਰ ਗਿਆ। ਦੋਸਤੋ ਚਨਈ ਨੇ ਟੌਜਰਟ ਕੇ ਬੈਟ ਕੰਡਾ ਫੈਸਲਾ ਕੀਤਾ ਤਾਂ ਚਨਈ ਦੀ ਟੀਮ ਇਸ ਤਰ੍ਹਾਂ ਹੈ ਜਿਹਦੇ ਤੋਂ ਹੈ ਗਾਇਕਵਰ ਦੇਵਨ ਕੌਣ ਮੈਂ ਜੀ ਕੇ ਰਹਾ ਨੇ ਮੋਇਨ ਅਲੀ ਅੰਬਤੀ ਰਾਡੋ ਸਿਬਮ ਦੂਬੇ ਰਵਿੰਦਰ ਜਦੇਜਾ ਐਮ ਐਸ ਧੋਨੀ ਦੀਪਕ ਚਾਹਤ ਸ਼ਾਰਦેશ ਪਾण्डेਮ ਤੇ ਮਹੇਸ਼ ਤਿਕਸਾਨਾ ਤੇ ਇੰਪੈਕਟ ਪਲੇਅਰ ਇਹਨਾਂ ਦੇ ਹਨ। ਪਠੀ ਰਾਣਾ ਸਿੱਧੂ ਸੈਨਾਪਤੀ ਸਾਇਕ ਰਸ਼ੀਦ ਐਂਡ ਆਕਾਸ਼ ਸਿੰਘ ਤੇ ਕੋਲਕਾਤਾ ਟੀਮ ਇਸ ਤਰ੍ਹਾਂ ਹੈ ਇਹ ਗੁਰਵਾਜ ਵਿਕਟ ਕੀਪਰ ਜੈਸਨ ਰੌਏ ਨਿਤਿਸ਼ ਰਾਣਾ ਕ ਹਰਜੀਤ ਰਾਣਾ ਸੋਇਸ਼ ਸ਼ਰਮਾ ਐਂਡ ਬਰਨ ਚੱਕਰਵਰਤੀ ਇੰਪੈਕਟ ਪਲੈਨਰ ਹਨ ਅੰਕੁਲ ਰੌਏ ਨਰਾਇਣ ਜਗਦੀਸ਼ਨ ਉਮੇਸ਼ ਜਾਦਵ ਬੈਂਕੇਸ਼ ਆਯਰ ਤੇ ਲੋਕੀ ਫਾਰਗੂਸਨ ਸੋ ਦੇਖਦੇ ਆ ਚੇਨਈ ਤੇ ਕਲਕੱਤੇ ਵਿੱਚ ਵੈਰੀ ਇੰਪੋਰਟੈਂਟ ਮੈਲ ਥੈਂਕ ਯੂ ਦੋਸਤੋ ਪਲੀਜ਼ ਸਬਸਕ੍ਰਾਈਬ ਮਾਈ ਚੈਨਲ